हेलो। ओके बढ़िया। भैया, मैं बोला तुम्हारा ही नॉलेज लेना, तू ओदा भी बहाना बनवा के बनवा जो बनवा है बनवा के। यार मैं की करता उसे की दस, मैंने तुम्हें नहीं वीरे, तुहानू पता है भी बंदा बोंड है, पता, तुसीं नूं मैनूं की पता, मैंने बापू का फोन आया था, पुछ जाके बापू नूं, मैं बापू ने बाहर तो कहीं ना सिद्धू का ना, सिद्धू का तेन की पता, सिद्धू ना की देखने हो परिवार ना, तेन इस चीज का पता भी की देखे मेरे परिवार ना, नहीं। पुछ फिर जाके आपा भाई बापू उन्हें नूं। पूछना था सीगा ना एक ਮੈਨੂੰ ਮੈਂ ਵਾਰੀ। ਤਾਂ ਮੁੰਡੇ ਪਹਿਲਾਂ ਜਾਣਦਾ, ਮੈਂ ਤਾਂ ਉਹ ਮੁੰਡੇ ਨੂੰ ਜਾਣਦਾ ਤੱਕ ਨਹੀਂ ਬਾਪੂ, ਕਹਿੰਦਾ ਵੀਡੀਓ ਬਣਾਓ ਕੀ ਤਾਂ ਦੀ ਗੱਲ ਸ਼ੁਰੂ ਕਰ, ਮੈਂ ਜਾਣਦਾ ਤੱਕ ਨਹੀਂ ਉਹਨੂੰ ਕੀ ਗੱਲ ਆ ਕੀ ਬਾਤ ਆ, ਮੈਨੂੰ ਕੀ ਲੱਗੀ ਪਤਾ ਵੀ ਤੇਰਾ ਬਾਉਂਡ ਆ ਜਾਂ ਨਹੀਂ ਬਾਉਂਡ, ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਹੈਗਾ ਪਰ ਵੀਰੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰਕੇ ਕਹਿ ਦਿੰਦੇ ਨਾ ਵੀ ਪ੍ਰਿੰਕਲ ਆਪਾਂ। ਮੈਨੂੰ ਮੈਂ ਜੇ ਮੈਨੂੰ ਗੱਲ ਤਾਂ ਹੀ ਪਤਾ ਲੱਗੂਗਾ ਜੇ ਗੱਲ ਦਾ ਪਤਾ ਹੋਵੇ, ਇੱਕ ਵਾਰੀ ਤਾਂ ਹੀ ਫੋਨ ਕਰਦਾ, ਜੇ ਤੇਰਾ ਮੈਨੂੰ ਗੱਲ ਦਾ ਪਤਾ ਹੋਵੇ ਤਾਂ ਹੀ ਫੋਨ ਕਰਦਾ, ਮੈਨੂੰ ਗੱਲ ਦਾ ਨਹੀਂ ਪਤਾ, ਹੁਣ ਤੈਨੂੰ ਕੀ ਪਤਾ ਮੇਰੇ ਬਾਰੇ ਕੁਝ ਪਤਾ ਹੀ ਨਹੀਂ, ਮੇਰੇ ਤੈਨੂੰ ਮੇਰੇ ਘਰੇ ਬੰਦਾ ਕੌਣ ਬੈਠਾ ਤੈਨੂੰ ਇਸ ਗੱਲ ਦਾ ਪਤਾ, ਜੇ ਤੇਰਾ ਕੋਈ ਇਸ ਤਰ੍ਹਾਂ ਕੋਈ ਦੁਸ਼ਮਣ ਬੈਠਾ ਹੋ ਤਾਂ ਤੈਨੂੰ ਪਤਾ ਹੋਊਗਾ, ਹੁਣ ਨਹੀਂ ਪਤਾ ਲੱਗਦਾ ਮੈਨੂੰ ਕੀ ਪਤਾ ਲੱਗਦਾ ਕੌਣ ਬੈਠਾ ਘਰੇ, ਨਹੀਂ ਤੁਹਾਨੂੰ ਇਹਨੇ ਇਹ ਵੀ ਨਹੀਂ ਮੈਨੂੰ ਜੇ ਦੱਸਿਆ ਕਿ ਮੈਂ ਤਾਂ ਪਹਿਲੇ ਪਹਿਲਾਂ ਤਾਂ ਜਿੱਦੇ ਤੇਰੀ ਗੱਲ ਦਾ ਪਤਾ ਹੋਊ ਤਾਂ ਹੀ ਆਇਆ ਵੀ ਪਤਾ ਵੀ ਕੋਈ ਗੱਲ ਹੋਈ ਆ, ਮੈਨੂੰ ਕੀ ਪਤਾ ਹੁਣ ਤੇਰੀ ਕੀ ਗੱਲਬਾਤ ਆ, ਤੂੰ ਬਾਪੂ ਨਾਲ ਗੱਲ ਕਰ ਸਿੱਧੀ ਜੇ ਕਰਨੀ ਆ ਨਹੀਂ, ਬਾਪੂ ਨਾਲ ਤਾਂ ਗੱਲ ਗੱਲ ਕਰਨਾ ਹੋਈ ਸੀ ਮੇਰੀ, ਬਾਪੂ ਜੀ ਤਾਂ ਕਹਿੰਦੇ ਆ ਵੀ ਯਾਰ ਮੈਨੂੰ ਪਤਾ ਹੀ ਨਹੀਂ ਬੰਦੇ ਦੇ ਮਨ 'ਚ ਕੀ ਆ, ਕਹਿੰਦੇ ਨੇ ਕੋਈ ਗੱਲ ਹੀ ਫਿਰ ਨਹੀਂ ਦੱਸੀ। ਪਤਾ ਫਿਰ ਹੁਣ ਮੈਨੂੰ ਕੀ ਪਤਾ ਮੇਰੇ ਮੀਨਾ ਕਿਉਂ ਨਹੀਂ ਲਏ, ਤੈਂ ਮੇਰੇ ਨਾਲ ਗੱਲ ਕੀਤੀ ਆ, ਤੈਂ ਮੇਰੇ ਨਾਲ ਗੱਲ ਕੀਤੀ ਆ, ਤੂੰ ਮੈਂ ਤਾਂ ਕਿਹੜੀ ਗੱਲ ਕਰਨਾ, ਬੁੱਧਵਾਰ ਨੂੰ ਮੇਰਾ ਖਾਤਾ ਦਾ ਕਿੰਨਾ ਹੁੰਦਾ, ਜਦੋਂ ਮਰਜ਼ੀ ਆਇਆ ਮੇਰਾ ਫੋਨ ਨਹੀਂ, ਮੇਰੇ ਇੱਥੇ ਆ ਜਾਂਦਾ, ਮੇਰੇ ਹੁਣ ਆ ਜਾਂਦਾ, ਇਹ ਤੁਹਾਨੂੰ ਫਿਰ ਤੂੰ ਮੇਰੇ ਚੱਕ ਕੇ ਲਾਉਣ ਲਈ ਭਾਣਾ, ਇਹ ਆ ਭਾਣਾ ਜਾਵਾ, ਜੇ ਮੈਂ ਤੈਨੂੰ ਗੱਲ ਦੱਸਾਂ ਹਾਂ ਕਰਕੇ ਜੇ 10 ਕਰਾ ਦੇਣਾ, ਮੈਂ 10 ਪਰਚੇ ਉਡਰਾਂ ਜਿੱਥੇ ਮੇਰੀ ਲੋਕਾਂ ਦੀ ਪਬਲਿਕ ਦੀ ਗੱਲ ਹੈ, ਮੈਨੂੰ ਗੱਲ ਦਾ ਪਤਾ ਨਹੀਂ ਕਿਤੇ, ਮੈਂ ਸੱਚਾ ਸੱਚਾ ਕਿਤੇ ਮੈਂ ਝੂਠਾ ਝੂਠਾ, ਮਤਲਬ ਤੁਹਾਡਾ ਗੱਲ ਕਹਿਣ ਦਾ ਝੂਠਾ ਤੁਹਾਡਾ ਹੈ। ਇਸ ਗਾਣੇ ਦਾ ਕੋਈ ਲੈਣਾ ਦੇਣਾ ਨਹੀਂ, ਮੈਨੂੰ ਬਾਪੂ ਦਾ ਫੋਨ ਆਇਆ ਜਿੱਦਾਂ ਵੀ ਐਂ ਕਰਕੇ ਬੇਬੇ ਦਾ ਫੋਨ ਆਇਆ, ਸਾਡੇ ਤਾਂ ਰੋਜ਼ ਗੱਲ ਹੁੰਦੀ ਹੈ, ਕੀ ਬਾਪੂ ਨੂੰ ਪੁੱਛਣਾ ਵੀ ਜਾ ਕੇ ਭਾਣੇ ਦਾ ਕੀ ਦੋਸਤ ਆ, ਪੁੱਛਣਾ ਜਾ ਕੇ ਵਿੱਚ, ਫਿਰ ਤੂੰ ਜੋ ਮਰਜ਼ੀ ਕਰਾ ਲਈ, ਚਲੋ ਮੈਂ ਇੱਕ ਵਾਰੀ ਜਾ ਕੇ ਆਉਂਦਾ ਉਹਨਾਂ ਕੋਲ ਘਰੇ। ਜੇ ਥੋੜੂ ਕੋਈ ਦੱਸਾਂ, ਇੱਕ ਦੂਜੀ ਤਰ੍ਹਾਂ ਗੱਲ ਹੋਰ ਦੱਸ ਦਿੰਦਾ, ਇੱਕ ਦਿਨ ਮੈਂ ਸਿਆਣੀ ਗੱਲ ਦੱਸ ਦਿੰਦਾ, ਠੀਕ ਹੈ ਨਾ ਗੱਲ, ਗੱਲ ਇਹ ਆ ਮੇਰਾ ਵੀਰ, ਮੇਰਾ ਜੇ ਕਿਸੇ ਦੀ ਰੋਟੀ ਪੱਕਦੀ ਆ ਮੈਨੂੰ, ਮੈਂ ਤੁਹਾਨੂੰ ਜਾਣਦਾ ਵੀ ਨਹੀਂ, ਮੈਂ ਇਨਸਾਨੀ ਤੌਰ ਤੇ ਮੈਂ ਗੱਲ ਕਰਦਾ, ਮੈਨੂੰ ਨਹੀਂ ਗੱਲ ਦਾ ਪਤਾ ਕੀ ਹੈ, ਜੇ ਕਿਸੇ ਠੀਕ ਹੈ ਰੋਟੀ ਬਣਦੀ ਆ ਕਿਸੇ ਰੋਟੀ ਬਣਦੀ ਤਾਂ ਬਣ ਲੈਣਦੇ, ਉਹਦਾ ਲੋ ਬਣਿਆ ਜਵਾਬ ਤੋਂ ਚੱਲਦਾ ਚੱਲ ਲੈਣਦੇ, ਮਤਲਬ ਇਹ ਵੀ ਗੱਲ ਆ ਗੱਲ। ਚਲੋ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ, ਮੈਂ ਪੂਰੇ ਸੁਣੋ ਮੇਰੀ ਗੱਲ, ਪੂਰੇ ਜਿੱਥੇ ਖੜ ਕੇ ਕਹੋਗੇ ਮੈਂ ਕਾਗਜ਼ ਵੀ ਪਾੜ ਦਾਂਗਾ। ਆਪਾਂ ਯਾਰ ਪੰਜਾਬੀ ਬੰਦੇ, ਆਪਣਾ ਦਿਲ ਬੜਾ ਵੱਡਾ, ਪਰ ਭਾਜੀ ਇੱਕ ਮੈਂ ਵਾਰੀ ਤੁਹਾਨੂੰ ਇਹ ਇੱਕ ਗੱਲ ਦੱਸਣਾ ਸੁਣੋ ਤਾਂ ਸਹੀ, ਬੇਨਤੀ ਤਾਂ ਸੁਣੋ, ਇਸ ਬੰਦੇ ਨੂੰ ਇੱਕ ਵਾਰੀ ਇੰਨਾ ਪੁੱਛਿਓ ਕਿ ਪ੍ਰਿੰਕਲ ਨੇ ਤੇਰੇ ਲਈ ਕੀ ਕੁਛ ਨਹੀਂ ਕੀਤਾ, ਜੇ ਇਹ ਮੈਨੂੰ ਇੰਨੇ ਹੀ ਕਹਿ ਦਿੰਦਾ ਵੀਰੇ ਮੈਂ, ਤੁਸੀਂ ਇੱਕ ਵਾਰੀ ਇਹਨੂੰ ਪੁੱਛੋ ਤਾਂ ਸਹੀ ਵੀ ਪ੍ਰਿੰਕਲ ਨੇ ਤੇਰੇ ਲਈ ਕੀ ਨਹੀਂ ਕੀਤਾ, ਇਹਨੂੰ ਇੱਕ ਵਾਰੀ ਪੁੱਛ ਤਾਂ ਲਓ। ਹਾਂਜੀ ਮੈਨੂੰ ਮੇਰੀ ਗੱਲ ਸੁਣ, ਸਾਫ ਜੀ ਮੇਰੀ ਗੱਲ ਸੁਣ, ਮੈਨੂੰ ਮੈਂ ਜਾ ਕੇ ਬਾਪੂ ਨੂੰ ਪੁੱਛ ਲਾ ਵੀ, ਤੂੰ ਪਹਿਲਾਂ ਮੈਨੂੰ ਜਾਣਦਾ ਸੀ ਜਿੱਦਣ ਮੈਂ ਸ਼ੂਟਿੰਗ ਤੋਂ ਪਹਿਲਾਂ, ਮੈਂ ਜਾਣਦਾ ਸੀ ਮੁੰਡਾ ਜਾ ਕੇ ਪੁੱਛੇਗਾ, ਯਾਰ ਅਸੀਂ ਤਾਂ ਹੁਣ ਦੋ ਪ੍ਰੋਜੈਕਟ ਹੋਰ ਜਿਹੜੇ ਨੇ ਗਿੱਲਰਾਂ ਉਤੇ ਨਾ ਕਰੀਏ ਨਾ, ਘਰ ਦੇ ਹੋਰ ਜਿਹੜੇ ਸਾਫ ਲਈ ਗਿੱਲਰਾਂ ਉਤੇ ਗੀਤ ਲਿਖਿਆ ਪਰਸੋਂ, ਉਹ ਸ਼ੂਟ ਕਰਨਾ ਸੀ, ਨਹੀਂ ਕਰੋ ਯਾਰ ਅੱਗੇ ਵਧੋ, ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਆ, ਗੱਲ ਨਹੀਂ ਸਮਝੇ, ਜੇ ਤੁਸੀਂ ਵਧੀਆ ਕੰਮ ਕਰੋਗੇ ਅਸੀਂ ਵੀ ਤੁਹਾਡੀ ਵੀਡੀਓ ਸ਼ੇਅਰ ਕਰਾਂਗੇ। ਹੁਣ ਗੱਲ ਸਮਝ ਹੀ ਨਹੀਂ ਆਉਂਦੀ, ਇਹ ਬੰਦਾ ਫੋਨ ਹੀ ਨਹੀਂ ਚੱਕਦਾ, ਬਾਪੂ ਕਹਿੰਦਾ ਮੈਨੂੰ ਪਤਾ ਹੀ ਨਹੀਂ, ਬਸ ਤੂੰ ਇੱਕ ਗੱਲ ਜ਼ਰੂਰ ਪੁੱਛ ਲੈ ਬਾਪੂ ਤੋਂ, ਬਾਪੂ ਠੀਕ ਆ ਰਿਕਾਰਡਿੰਗ ਰਿਕੂਰਡਿੰਗ ਪਾਉਣ ਲੱਗਦੀ ਆ, ਪੁੱਛਣਾ ਕਰਕੇ ਭਾਂਡੇ ਨੂੰ ਪਹਿਲਾਂ ਇੱਕ ਪਹਿਲਾਂ ਗੱਲ ਜਾਣਦਾ ਸੀਗਾ ਵੀ ਭਾਂਡਾ ਉਹਨੂੰ ਜਾਣਦਾ ਸੀਗਾ, ਜਿਹਨੂੰ ਪੈਗਰ ਹਰ ਬਾਰੇ ਜਿੱਦਾਂ ਆਪਾਂ ਗੀਤ, ਆਪਾਂ ਗੀਤ ਕੀਤਾ ਪਹਿਲੇ ਜਾਣਦਾ ਸੀਗਾ, ਮੈਨੂੰ ਤਾਂ ਜੇ ਉਹ ਰਾਤ ਨੂੰ ਫੋਨ ਮਾਰਨਗੇ 12 ਵਜੇ, ਮੈਂ ਤਾਂ 12 ਵਜੇ ਵੀ ਜਾਊਂਗਾ ਬਾਪੂ ਫੋਨ ਮਾਰੂ, ਨਹੀਂ ਉਹ ਤਾਂ ਸਾਨੂੰ ਮਾਰਨਗੇ ਅਸੀਂ ਵੀ ਜਾਵਾਂਗੇ, ਹਾਂ ਹਰ ਇੱਕ ਨੂੰ ਪੂਰਾ, ਮੈਂ ਉਹਨਾਂ ਨੂੰ ਸਵੇਰੇ ਵੀ ਕਿਹਾ, ਮੈਂ ਕਿਹਾ ਤੁਹਾਡੇ ਤੁਹਾਡਾ ਇੱਕ ਪੁੱਤ ਨਹੀਂ ਸਾਰਾ ਪੰਜਾਬ ਹੀ ਤੁਹਾਡਾ ਪੁੱਤ ਹੈ, ਬਾਪੂ ਟਾਰਗੇਟ ਨਾ ਕਰਦਾ ਜੇ ਤੇਰੇ ਚ ਇੰਨਾ ਹਜਮ ਹੁੰਦਾ, ਠੀਕ ਆ ਅੱਛਾ ਕੀਤਾ, ਚੈੱਕ ਕਰੋ ਬਾਪੂ ਨੂੰ ਟਾਰਗੇਟ ਕੀਤਾ, ਸਭ ਪਤਾ ਵੀ ਲੋਕ ਹੁਣ ਤੈਨੂੰ ਇਸ ਚੀਜ਼ ਦਾ ਪਤਾ ਆਇਆ, ਠੀਕ ਹੈ ਨਾ ਗੱਲ, ਤੂੰ ਟਾਰਗੇਟ ਹੀ ਹੋਏ ਜੇ ਬੰਦਾ ਮੈਨੂੰ ਵੀਰੇ, ਬਾਪੂ ਨੂੰ ਟਾਰਗੇਟ ਕਰਨਾ ਹੁੰਦਾ ਨਾ, ਮੈਂ ਤੁਹਾਡਾ ਤੇ ਟਾਈਗਰ ਤੇ ਨਾ ਸੁੱਟਦਾ, ਟਾਈਗਰ ਤੋਂ ਮੈਂ ਤੁਹਾਨੂੰ ਹੋਰ ਕਹਿੰਦਾ ਇੱਕ ਬੜੀ ਵੱਡੀ ਗੱਲ ਕਹਿ ਦਿੰਦਾ, ਬਾਪੂ ਬਹੁਤ ਭੋਲਾ ਬੰਦਾ, ਬਚਾ ਲਓ, ਤੁਸੀਂ ਟਾਈਗਰ ਨੂੰ ਜਾਣਦੇ ਹੀ ਨਹੀਂ ਕੀ ਚੀਜ਼ ਆ ਇਹ,
ਕਿੰਨੀ ਵੱਡੀ ਗੱਲ ਕਹਿਣ ਲੱਗਾ ਤੁਹਾਨੂੰ, ਮੇਰੀ ਮਾਂ ਨੂੰ ਪੁੱਛ ਲਿਓ ਘਰੇ, ਮੇਰੀ ਮਾਂ ਬਿਮਾਰ ਰਹਿੰਦੀ ਹੈ ਸਾਡੇ ਕੋਲ ਘਰੇ ਰਿਹਾ, ਆ ਕੇ ਪੁੱਛ ਲਿਓ, ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ, ਬਚ ਲਓ ਜਿੰਨਾ ਬਚ ਸਕਦੇ ਹੋ। ਮੈਂ ਕੀ ਬਾਪੂ ਨੂੰ ਟਾਰਗੇਟ ਕਰਨਾ ਯਾਰ, ਉਹ ਸਾਡੇ ਜਿੱਦਾਂ ਮੇਰੇ ਫਾਦਰ ਨੇ ਉਦਾਂ ਹੀ ਉਹਨੇ। ਇੱਕ ਤੋਂ ਮੈਂ ਗੱਲ ਹੋਰ ਦੱਸਦਾ, ਮੇਰਾ ਨਾਂ ਹੁਣ ਜਦ ਤੁਹਾਨੂੰ ਨਾਂ ਇਹ ਦੱਸੀ ਤੁਹਾਨੂੰ ਦਾ ਮੇਰਾ ਚਿਹਰਾ ਤੇ ਪਰਚਾ ਕਰਾ ਦੀ, ਪਰ ਮੈਂ ਤੁਹਾਨੂੰ ਇੱਕ ਸਫਾਈ ਜ਼ਰੂਰ ਦੇਣੀ ਸੀ, ਹੋਰ ਮੈਂ ਕੁਝ ਨਹੀਂ ਦੇਣੀ ਵੀ ਮੈਨੂੰ ਇਸ ਤੋਂ ਥੋੜਾ ਜੀ ਤੋੜ ਦੋ, ਪਹਿਲਾਂ ਮੈਨੂੰ ਕੱਖ ਨਹੀਂ ਸੀ ਪਤਾ ਵੀ ਮੈਂ ਨਾਂ ਉਹਨੂੰ ਮੈਂ ਜਾਣਾ। ਜੇ ਵੀਰੇ ਤੇਰਾ ਫੋਨ ਆਇਆ ਨਾ ਇੱਥੇ ਹੀ ਟੋਪਿਕ ਬੰਦ ਕਰਾਂਗਾ ਮੈਂ, ਵੀ ਇਦੋਂ ਬਾਅਦ ਇਹ ਟੋਪਿਕ ਸ਼ੁਰੂ ਨਹੀਂ ਹੋਏਗਾ। ਜੇ ਤੈਂ ਵੱਡਾ ਦਿਲ ਕਰਕੇ ਫੋਨ ਕੀਤਾ ਨਾ ਇੱਥੇ ਹੀ ਇਹ ਟੋਪਿਕ ਬੰਦ ਹੋਊਗਾ ਹੁਣੇ ਹੀ। ਦੂਜੀ ਗੱਲ ਤੈਨੂੰ ਮੈਂ ਹੋਰ ਗੱਲ ਦੱਸ ਦਿੰਦਾ, ਤੂੰ ਕਹਿੰਦਾ ਆਪਾਂ ਤੁਸੀਂ ਸੋਚਦੇ ਹੋਗੇ ਬਦਮਾਸ਼ ਸੀ, ਅੱਜ ਤੱਕ ਮੈਂ ਤੈਨੂੰ ਗੱਲ ਦੱਸਦਾ ਕਿਸੇ ਦਾ ਵੀ ਕੋਈ ਕਿਸੇ ਦਾ ਰੁਪਇਆ ਖਾਧਾ ਹੋਵੇ ਸਬੂਤ ਲੈ ਦੀ ਜਾਂ ਕਿਸੇ ਦਾ ਕੋਈ ਗਲਤ ਗੱਲ ਕੀਤੀ ਉਹਦਾ ਜਿਹੜਾ ਮੁੱਦੇ ਟਾਲੇ ਗੱਲ ਹੋਵਾਂ ਵੀ ਚੱਲ ਯਾਰ ਕੋਈ ਸੇਵਾ ਪਰਮਾਤਮਾ ਨੇ ਮੱਥੇ ਲਾਈ ਅਸੀਂ ਕਰ ਲਈ ਹਨਾ, ਉਹਦੇ ਨਾਲ ਬੈਠ ਕੇ ਕਰਾਉਣਾ ਉਹਦੇ ਨਾਲ ਕਰਾ ਵੀਰ ਮੇਰਾ ਐਵੇਂ ਯਾਰ ਮੇਰਾ ਪਹਿਲੀ ਮਨ ਤੁਸੀਂ ਰਹਿਣਾ ਵੀ ਲੋਕ ਯਾਰ ਸੜਕ ਮੇਰਾ ਕਿਉਂ ਖਰਾਬ ਭਰਦਾ, ਮੈਂ ਕਿਸੇ ਦਾ ਮਾੜਾ ਜੀ ਮੈਨੂੰ ਮੈਨੂੰ ਗੁਰੂ ਮਹਾਰਾਜ ਦੀ ਸੋਚ ਇਸ ਤੋਂ ਪਹਿਲਾਂ ਮੈਂ ਪਿੱਛੇ ਨੂੰ ਜਾਣਦਾ ਨਹੀਂ ਹੋਵਾਂ, ਜਦੋਂ ਉੱਥੇ ਆਪਣਾ ਜਦੋਂ ਅਸੀਂ ਮੈਨੂੰ ਬਾਪੂ ਨੇ ਫੋਨ ਮਾਰਤੇ ਵੀ ਐਂ ਕਰਕੇ ਕੱਲ ਨੂੰ ਛੂਟ ਆ ਜੀ ਮੈਂ ਫਸ ਗਿਆ, ਠੀਕ ਹੈ ਨਾ। ਚਲੋ ਹੋਰ ਇਸ ਤੋਂ ਪਹਿਲਾਂ ਠੀਕ ਆ, ਐਵੇਂ ਨਾਂ ਲਈ ਜਾਵੇ ਚੈਨਲਾਂ ਤੇ ਹੋਰ ਕਰੀਆਂ ਮੈਂ ਮੇਰਾ ਨਾਂ ਹਰ ਇੱਕ ਬੰਦਾ ਭੈਣਾ ਨੀ ਪਤਾ ਸੂਈ ਕੁੱਤੀ ਵਾਂਗੂ ਪਈ ਜਾਂਦਾ ਬਿਨਾਂ ਗੱਲ ਤੋਂ। ਤੇਰਾ ਮਸਲਾ ਤਾਂ ਤੂੰ ਜਿਵੇਂ ਮਰਜ਼ੀ ਨਿਬੇੜ ਹਨਾ, ਜਿਵੇਂ ਮਰਜ਼ੀ ਕੋਈ ਤੇਰਾ ਬਹਿ ਕੇ ਗੱਲ ਕਰਨ ਲਈ ਉਹ ਕਰਾ ਵੀ ਦੇਵਾਂਗੇ ਨਹੀਂ, ਅਸੀਂ ਮਸਲੇ 'ਚ ਨਹੀਂ ਆਉਂਦੇ, ਸਾਨੂੰ ਕੀ ਲੋੜ ਆ ਯਾਰ। ਉਹ ਬਾਈ ਤੁਸੀਂ ਗੱਲ ਸਮਝਦੇ ਨੀ, ਮੈਨੂੰ ਇੰਨੇ ਹੀ ਫੋਨ ਕਰ ਲੈਂਦਾ ਵੀਰ ਹੋਣੀ, ਮੈਂ ਉਧਰ ਗਾਣਾ ਕਰਨ ਲੱਗਾ, ਮੈਂ ਕਹਿੰਦਾ ਯਾਰ ਦੇ ਕਾਵੇ ਲੈ ਜਾ ਯਾਰ। ਪਰ ਤੁਸੀਂ ਅਵੇਅਰ ਤਾਂ ਰਹੋ ਨਾ, ਕੋਈ ਬੰਦਾ ਆਇਆ ਤੁਹਾਡੇ ਨਾਲ ਗਾਣਾ ਕਰ ਰਿਹਾ ਭਾਨੇ ਵੀ, ਤੁਸੀਂ ਅਵੇਅਰ ਤਾਂ ਰਹੋ ਦਾ ਪਿਛੋਕੜ ਦਾ ਦੇਖੋ ਕੀ ਹੈ। ਸਾਡਾ ਕਿਹੜਾ ਬਿਜ਼ਨਸ ਹੈਗਾ, ਸਾਨੂੰ ਕਿਹੜਾ ਪਤਾ ਹੋਣਾ ਇਸ ਚੀਜ਼ ਬਾਰੇ, ਅਵੇਅਰ ਤਾਂ ਹੀ ਹੁਣ ਸਾਨੂੰ ਕੱਖ ਨੀ ਪਤਾ ਹੈਗਾ, ਬਟ ਹੁਣ ਜਿਹੜੀ ਰਿਕੀ ਬੰਦਾ ਹੁਣ ਪਤਾ ਲੱਗ ਗਿਆ। ਚਲੋ ਕੋਈ ਨੀ, ਆਪਾਂ ਕਰਦੇ ਹਾਂ ਇਹਨੂੰ ਖਤਮ ਕਰਦੇ ਹਾਂ। ਤੈਨੂੰ ਕੁਝ ਪਤਾ ਸਾਡੇ ਬਾਰੇ ਇੱਕ ਮਿੰਟ ਵੀ, ਤੈਨੂੰ ਕੋਈ ਕੋਈ ਆਪਣਾ ਸਾਡੇ ਘਰੇ ਬੰਦਾ ਕੌਣ ਬਤਾਉਣਾ ਹੈ, ਕਿਹਨੂੰ ਸੁਪਨਾ ਹੁੰਦਾ, ਇਹ ਕਿਸੇ ਨੂੰ ਕੁਛ ਨਹੀਂ ਨਾ ਪਤਾ ਲੱਗਦਾ ਇਸ ਚੀਜ਼ ਦਾ ਤਾਂ। ਨਹੀਂ ਠੀਕ ਹੈ, ਹਾਂ ਐਵੇਂ ਵੀਰ ਬਣ ਕੇ ਹੁਣ ਜੇ ਮੈਂ ਤੈਨੂੰ ਤੇਰੀ ਸੁਣਾ ਐਵੇਂ, ਹੁਣ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਕਿ ਮੈਂ ਅਬਦੁਲ ਕਲਾਮ ਨੂੰ ਜਾਣਦਾ ਨਹੀਂ, ਹੁਣ ਐਵੇਂ ਕਿਸੇ ਚੈਨਲ ਤੇ ਬੈਠ ਕੇ ਕਰੀ ਜਾਵੇ, ਭਾਵੇਂ ਦਾ ਫੋਨ ਆਇਆ ਸੀ, ਇਹ ਆਇਆ ਸੀ, ਫਿਰ ਵੀਰ ਮੇਰਾ ਚੰਗੀ ਗੱਲ ਨਹੀਂ, ਮੈਂ ਕਰਿਆ ਕੀਤਾ ਤੈਨੂੰ ਭਰਾਵਾਂ ਤੌਰ ਤੇ ਫੋਨ ਕੀਤਾ, ਠੀਕ ਹੈ। ਨਹੀਂ ਠੀਕ ਹੈ, ਠੀਕ ਹੈ, ਬਿਲਕੁਲ ਠੀਕ। ਜੇ ਤੁਸੀਂ ਭਰਾਵਾਂ ਤੌਰ ਤੇ ਕੀਤਾ, ਆਪਾਂ ਭਰਾਵਾਂ ਤੌਰ ਤੇ ਹੀ ਗੱਲ ਕਰਾਂਗੇ, ਆਪਾਂ ਗਲਤ ਨਹੀਂ, ਕੋਈ ਗਲਤ ਸਾਡੇ ਕੋਲੋਂ ਤੁਹਾਡਾ ਆਪਣਾ ਤਰੀਕ ਤੇ ਟਾਈਮ ਨੋਟ ਕਰ ਲਓ, ਇਸ ਤੋਂ ਬਾਅਦ ਜੇ ਕੋਈ ਗਲਤ ਗੱਲ ਬੋਲਾਂਗੇ, ਜੇ ਤੁਸੀਂ ਰਿਸਪੈਕਟ ਦਿੱਤੀ ਹੈ ਤੁਹਾਨੂੰ ਪੂਰੀ ਮਿਲੇਗੀ ਵਾਪਸ। ਕੋਈ ਗੱਲ ਨੀ ਵੀਰੇ, ਜਦੋਂ ਉਧਰ ਦਾ ਕੋਈ ਪ੍ਰੋਗਰਾਮ ਹੋਇਆ ਤੁਹਾਡੇ ਕੋਲ ਜ਼ਰੂਰ ਚਾਹ ਪੀ ਕੇ ਜਾਵਾਂਗੇ।